ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ, ਜਿਹੜਾ ਪਹਿਲਾਂ ਲੜ ਲਿਆਉਣਾ ਉਹਨੂੰ ਸਿਰ ਦੇ ਸੈਂਟਰ 'ਚ ਰੱਖਣਾ, ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦੋ ਵਾਰੀ ਫੋਲਡ ਕਰ ਲੈਣਾ, ਅੱਧੀ ਅੱਖ ਅਤੇ ਅੱਧੀ ਗੱਲ ਢੱਕ ਲੈਣੀ ਹੈ ਲੜ ਦੇ ਨਾਲ। ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਅੱਧੀ ਅੱਖ ਅਤੇ ਅੱਧੀ ਗੱਲ ਢੱਕ ਕੇ ਲੜ ਘੁਮਾ ਲੈਣਾ। ਦੂਜੇ ਪਾਸਿਓਂ ਪੇਜ ਦੇ ਵੱਟ ਕੱਢ ਕੇ ਸਿਰ ਦੇ ਉੱਪਰ ਲੈਣਾ, ਕੰਨ ਦੇ ਉੱਪਰੋਂ ਲੜ ਲਾਉਣਾ। ਟੂਟੀ ਦੇ ਕੋਲੋਂ ਲੜ ਨੂੰ ਅੰਗੂਠੇ ਅਤੇ ਉਂਗਲੀ ਦੇ ਨਾਲ ਮੋੜ ਕੇ ਪੇਜ ਨੂੰ ਚੰਗੀ ਤਰ੍ਹਾਂ ਪੂਰੀ ਸਫਾਈ ਦੇ ਨਾਲ ਲਾਉਣਾ। ਪਿੱਛੋਂ ਹਲਕਾ ਜਿਹਾ ਮੁੜ ਕੇ ਪਹਿਲਾਂ ਵਾਲੇ ਲੜ ਤੋਂ ਇਹ ਲੜ ਨੂੰ ਥੱਲੇ ਰੱਖਣਾ, ਧਿਆਨ ਰੱਖਣਾ ਜਿਹੜਾ ਲੜ ਦਾ ਮੋਟਾ ਪਾਸਾ ਉੱਪਰ ਅਤੇ ਪਤਲਾ ਪਾਸਾ ਥੱਲੇ ਰੱਖਣਾ। ਅੰਗੂਠੇ ਦੇ ਨਾਲ ਹਲਕਾ ਜਿਹਾ ਮੋੜ ਕੇ ਖਿੱਚ ਕੇ ਸਾਫ਼ ਕਰਕੇ ਦੁਬਾਰਾ ਫੇਰ ਮੋੜ ਦੇਣਾ। ਚੰਗੀ ਤਰ੍ਹਾਂ ਲੜ ਨੂੰ ਖੋਲ੍ਹ ਕੇ ਪੂਰੀ ਸਫਾਈ ਦੇ ਨਾਲ ਤੀਸਰਾ ਲੜ ਲਗਾ ਦੇਣਾ। ਪਿੱਛੋਂ ਫੇਰ ਬਟੇ ਕੱਢ ਕੇ ਹਲਕਾ ਜਿਹਾ ਦੱਬ ਕੇ ਮੋਟਾ ਪਾਸਾ ਉੱਪਰ ਪਤਲਾ ਪਾਸਾ ਥੱਲੇ, ਦੂਜੇ ਲੜ ਤੋਂ ਥੋੜ੍ਹਾ ਜਿਹਾ ਥੱਲੇ ਅੱਖ ਤੱਕ ਪੂਰਾ ਲੜ ਨੂੰ ਖੋਲ੍ਹ ਕੇ ਉੱਪਰੋਂ ਚੰਗੀ ਤਰ੍ਹਾਂ ਮੋੜ ਕੇ ਸਾਫ਼ ਕਰ ਲੈਣਾ। ਅੰਗੂਠੇ ਦੇ ਨਾਲ ਹਲਕਾ ਜਿਹਾ ਮੋੜ ਕੇ ਖਿੱਚ ਕੇ ਦੁਬਾਰਾ ਸਾਰੇ ਬਲ ਕੱਢ ਕੇ ਉਂਗਲੀ ਦੇ ਅੰਗੂਠੇ ਨਾਲ ਦੁਬਾਰਾ ਮੋੜ ਦੇਣਾ ਲੜ ਨੂੰ। ਪੇਚਾਂ ਦਾ ਫਾਸਲਾ ਇੱਕੋ ਜਿਹਾ ਰੱਖਣਾ, ਪੂਰੀ ਸਫਾਈ ਦੇ ਨਾਲ ਲੜ ਨੂੰ ਲਾਉਣਾ। ਅਗਲੇ ਲੜ 'ਚ ਫਿਰ ਮੋਟਾ ਪਾਸਾ ਉੱਪਰ ਪਤਲਾ ਪਾਸਾ ਥੱਲੇ, ਉੱਪਰਲੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਲੜ ਨੂੰ ਮੋੜਨਾ। ਅੱਖ ਤੱਕ ਖੋਲ੍ਹ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅੰਗੂਠੇ ਨਾਲ ਮੋੜ ਦੇਣਾ, ਇੱਕ ਵਾਰ ਦੁਬਾਰਾ ਖਿੱਚ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਉਂਗਲੀ ਅਤੇ ਅੰਗੂਠੇ ਦੇ ਨਾਲ ਲੜ ਨੂੰ ਮੋੜ ਦੇਣਾ। ਪਿੱਛੋਂ ਹਲਕਾ ਜਿਹਾ ਫਿਰ ਦੱਬ ਦੇਣਾ, ਪਹਿਲਾਂ ਵਾਂਗ ਫਿਰ ਮੋਟਾ ਪਾਸਾ ਉੱਪਰ ਅਤੇ ਪਤਲਾ ਪਾਸਾ ਥੱਲੇ ਲਗਾ ਦੇਣਾ। ਉੱਪਰੋਂ ਚੰਗੀ ਤਰ੍ਹਾਂ ਮੋੜ ਕੇ ਲੜ ਨੂੰ ਸਹੀ ਕਰਕੇ ਰੱਖ ਲੈਣਾ, ਅੱਖ ਤੱਕ ਥੱਲੇ ਪੂਰਾ ਲੜ ਖੋਲ੍ਹ ਦੇਣਾ। ਚੰਗੀ ਤਰ੍ਹਾਂ ਲੜ ਸਾਫ਼ ਕਰਕੇ ਅੰਗੂਠੇ ਦੇ ਉਂਗਲੀ ਦੇ ਨਾਲ ਮਦਦ ਨਾਲ ਲੜ ਮੋੜ ਦੇਣਾ। ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਇੱਕੋ ਜਿਹਾ ਫਾਸਲਾ ਰੱਖ ਕੇ ਲੜ ਲਾਉਣਾ। ਬਾਜ ਦੀ ਮਦਦ ਦੇ ਨਾਲ ਪੇਚਾਂ ਨੂੰ ਸਾਫ਼ ਕਰ ਲੈਣਾ। ਪਹਿਲੇ ਲੜ ਨੂੰ ਸਭ ਤੋਂ ਪਹਿਲਾਂ ਸਾਫ਼ ਕਰਨਾ, ਉਸ ਤੋਂ ਬਾਅਦ ਦੂਸਰੇ ਲੜ ਦੇ ਵਿੱਚ ਹਲਕਾ ਹਲਕਾ ਆਵਾਜ਼ ਦੇ ਨਾਲ ਵੇਚਾਂ ਦੀ ਸਫਾਈ ਕਰ ਦੇਣੀ ਹੈ। ਉਸ ਤੋਂ ਬਾਅਦ ਤੀਸਰੇ ਪੇਚਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ, ਪਹਿਲਾਂ ਪਹਿਲੇ ਲੜ ਦੇ ਵਿੱਚ, ਉਸ ਤੋਂ ਬਾਅਦ ਦੂਸਰੇ, ਫਿਰ ਤੀਸਰੇ,
ਇਸ ਤਰ੍ਹਾਂ ਚੌਥੇ ਲੜ ਦੇ ਵਿੱਚ ਬਾਜ ਫੇਰ ਦੇਣਾ। ਬਾਜ ਫੇਰਨ ਲੱਗਿਆਂ ਬਾਜ ਨੂੰ ਹਲਕਾ ਹਲਕਾ ਅੱਗਿਓਂ ਪਿੱਛੇ ਵੱਲ ਨੂੰ, ਪਿੱਛਿਓਂ ਅੱਗੇ ਵੱਲ ਨੂੰ ਫੇਰਨਾ। ਸੇਮ ਅਗਲੇ ਲੜ ਦੇ ਵਿੱਚ ਬਾਜ ਉਸ ਤਰ੍ਹਾਂ ਫੇਰਨਾ। ਉਸ ਤੋਂ ਬਾਅਦ ਅਗਲੇ ਲੜ ਦੇ ਵਿੱਚ ਵੀ ਬਾਜ ਉਸ ਤਰ੍ਹਾਂ ਫੇਰਨਾ, ਹਲਕਾ ਹਲਕਾ ਅੱਗਿਓਂ ਪਿੱਛੇ ਅਤੇ ਪਿੱਛਿਓਂ ਅੱਗੇ ਵੱਲ ਨੂੰ ਬਾਜ ਨੂੰ ਫੇਰ ਦੇਣਾ। ਉਸ ਤੋਂ ਬਾਅਦ ਲਾਸਟ ਲੜ ਜਾਂ ਲਗਾਉਣਾ ਲੜ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦੋਈ ਸਾਈਡਾਂ ਨੂੰ ਅੰਦਰ ਵੱਲ ਨੂੰ ਫੋਲਡ ਕਰ ਲੈਣਾ, ਥੱਲਿਓਂ ਉੱਪਰ ਵੱਲ ਨੂੰ, ਉੱਪਰੋਂ ਥੱਲੇ ਵੱਲ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਲੜ ਨੂੰ ਲਗਾਉਣਾ। ਉੱਪਰੋਂ ਚੰਗੀ ਤਰ੍ਹਾਂ ਲੜ ਨੂੰ ਖੋਲ੍ਹ ਕੇ ਸਾਰੇ ਵਾਲ ਕੱਢ ਦੇਣੇ ਨੇ। ਉਂਗਲੀ ਅਤੇ ਅੰਗੂਠੇ ਦੀ ਮਦਦ ਦੇ ਨਾਲ ਲੜ ਨੂੰ ਘੁਮਾ ਦੇਣਾ ਹੈ। ਉਸ ਤੋਂ ਬਾਅਦ ਜਦ ਸਿਰ ਢੱਕਣਾ ਹੈ, ਜਿਹੜਾ ਸਾਰਿਆਂ ਨੂੰ ਪਹਿਲਾਂ ਲੜ ਸੈਂਟਰ ਦੇ ਵਿੱਚ ਰੱਖਿਆ ਸੀ, ਉਹਨੂੰ ਉੱਪਰ ਵੱਲ ਨੂੰ ਖਿੱਚ ਕੇ ਦੋਈ ਪਾਸਿਓਂ ਚੰਗੀ ਤਰ੍ਹਾਂ ਖੋਲ੍ਹ ਲੈਣਾ ਹੈ। ਸਿਰ ਦੇ ਉੱਪਰ ਖੋਲ੍ਹ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਜੋ ਲੜ ਮੂੰਹ ਦੇ ਵਿੱਚ ਰੱਖਿਆ ਸੀ ਉਹਦੇ ਨਾਲ ਖਿੱਚ ਕੇ ਬਾਜ ਦੀ ਮਦਦ ਦੇ ਨਾਲ ਸਿਰ ਸਾਰਾ ਕਵਰ ਕਰ ਲੈਣਾ। ਸਿਰ ਕਵਰ ਕਰਨ ਤੋਂ ਬਾਅਦ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਦੋਈ ਸਾਈਡਾਂ ਨੂੰ ਖੋਲ੍ਹ ਕੇ ਅੰਦਰ ਨੂੰ ਫੋਲਡ ਕਰਕੇ ਸਾਫ਼ ਕਰਕੇ ਲੜ ਲਗਾ ਦੇਣਾ ਹੈ। ਉਸ ਤੋਂ ਬਾਅਦ ਪੇਚਾਂ ਨੂੰ ਉਂਗਲੀ ਅਤੇ ਅੰਗੂਠੇ ਦੀ ਮਦਦ ਦੇ ਨਾਲ ਹਲਕਾ ਹਲਕਾ ਪਿੰਚ ਕਰਕੇ ਪੇਚਾਂ ਨੂੰ 3D ਕਰ ਦੇਣਾ ਹੈ। ਪਹਿਲਾਂ ਛੇਵੇਂ ਲੜ ਤੋਂ ਸਟਾਰਟ ਕਰਨਾ ਹੈ। ਛੇਵੇਂ ਲੜ ਤੋਂ ਬਾਅਦ ਉਸ ਤਰ੍ਹਾਂ ਪੰਜਵੇਂ ਲੜ 'ਤੇ ਵੀ ਛੇਵੇਂ ਪੇਚ ਦੇ ਵਾਂਗ ਉਂਗਲੀ ਅਤੇ ਅੰਗੂਠੇ ਦੇ ਮਦਦ ਦੇ ਨਾਲ ਪੇਚਾਂ ਨੂੰ ਪਿੰਚ ਕਰ ਦੇਣਾ ਹੈ। ਇਸ ਤਰ੍ਹਾਂ ਚੌਥੇ ਲੜ ਨੂੰ ਵੀ ਉਂਗਲੀ ਦੇ ਅੰਗੂਠੇ ਦੀ ਮਦਦ ਦੇ ਨਾਲ ਪਿੰਚ ਕਰ ਦੇਣਾ ਹੈ। ਇਸ ਤਰ੍ਹਾਂ ਸਾਰੇ ਲੜਾਂ ਨੂੰ 3D ਕਰ ਦੇਣਾ ਹੈ। ਉਸ ਤੋਂ ਬਾਅਦ ਤੀਸਰੇ ਲੜ ਨੂੰ ਵੀ ਉਸ ਤਰ੍ਹਾਂ ਉਂਗਲੀ ਦੇ ਅੰਗੂਠੇ ਦੀ ਮਦਦ ਦੇ ਨਾਲ ਹਲਕਾ ਹਲਕਾ ਪਿੰਚ ਕਰਕੇ 3D ਕਰ ਦੇਣਾ ਹੈ। ਇਸ ਤੋਂ ਬਾਅਦ ਦੂਸਰੇ ਲੜ ਨੂੰ ਵੀ ਹਲਕਾ ਹਲਕਾ ਪਿੰਚ ਕਰਕੇ 3D ਸ਼ੇਪ ਦੇ ਦੇਣੀ ਹੈ। ਲਓ ਜੀ, ਤੁਹਾਡੇ ਸਾਹਮਣੇ